चल डे हाँ चल जय शंकर जय नाग देव तो अज 25 तरीक अठवा महीना 2021 जिदा के सप तुसी देख रहे जे कल मेरे 5-6 सप सी ते अज सवेर दा मेरा दूजा सप आ जिहड़े फेसबुक व्हाट्सएप ते वीडियो पा के वीडियो पाई दी कमेंट करदे आ इंटरव्यू दे उत्ते ते सप ऐ हूं जऊं फलान ढमकाना डेली दे जिंदगी मौत वाले काम आ असी किसी नूं गल्लां च माड़ा नहीं बोलदे असी काम करके विखाउने आ आ हुण मैं सप कट रहा भाजी कोई जहर वगैरह कढ़िया कोई यार वगैरह सप का नहीं नहीं कोई दंद तोड़े आ नहीं नहीं कुछ नहीं कीता इस टाइम सप बिलकुल प्रोपर है कटन की कोशिश कर रहा भाजी वो वड्डी कुंडी देओ लो यार तुसी फड़ायो ये हो सकता वा भी ये सप मैनू और तुझा सरिया भी दे दे यूट्यूब ते फेसबुक ते कमेंट करने बड़े सौखे आ भाजी वेखो परले बंदे बाहर आ गया नहीं आया ना ना फिर आया 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 आ गया आ इधर आया आ गया आ गया आ गया आ गया आ गया आ गया परले बंदे आ ਜਿੱਦਾਂ ਕਿ ਸੱਪ ਮੈਂ ਇਸ ਟਾਈਮ ਬਿਲਕੁਲ ਕੱਢ ਲਿਆ ਵਾ ਤੇ ਹੁਣ ਮੈਂ ਤੁਹਾਨੂੰ ਇਹ ਸੱਪ ਕੋਲੋਂ ਇੱਕ ਦੰਦੀ ਖਾ ਕੇ 2-3 ਤੇ ਮੈਂ ਤੁਹਾਨੂੰ ਦਿਖਾਉਂਦਾ ਵਾਂ ਕਿ ਸੱਪ ਦੰਦੀ ਕਿਸ ਤਰੀਕੇ ਨਾਲ ਕੱਢਦਾ ਵਾ ਜਿਹੜੇ ਯੂਟਿਊਬ ਤੇ ਫੇਸਬੁੱਕ ਤੇ ਚਿੱਚੜਾਂ ਕਰਦੇ ਆ ਇਹ ਸੱਪ ਨੂੰ ਕਹਿੰਦੇ ਆ ਕੋਮਨ ਪੁਲ ਸਨੇਕ ਇਹ ਸੱਪ ਦੇ ਵਿੱਚ ਜ਼ਹਿਰ ਕਾਫੀ ਜ਼ਿਆਦਾ ਘੱਟ ਹੁੰਦਾ ਵਾ ਇਹਦੇ 'ਚ ਕੋਈ ਹੈਵੀ ਜ਼ਹਿਰ ਨਹੀਂ ਹੁੰਦਾ ਕਿ ਹਾਂਜੀ ਖਾਧਾ ਕੁਛ ਜਿਹੜਾ ਬੰਦੇ ਦੀ ਜਾਨ ਲੈਂਦੇ ਇਹ ਬਾਥਰੂਮ 'ਚ ਘਰਾਂ ਦੇ ਸੀਵਰੇਜ ਦੇ ਵਿੱਚ ਇਹ ਸੱਪ ਆਮ ਹੀ ਆ ਜਾਂਦਾ ਵਾ ਤੇ ਇਹ ਸੱਪ ਦੇ ਵਿੱਚ ਇਹ ਗਲਵਸ ਦੇ ਦਿਓ ਇਹ ਸੱਪ ਦੇ ਵਿੱਚ ਇੰਨਾ ਕੋਈ ਖਾਸ ਹੈਵੀ ਜ਼ਹਿਰ ਨਹੀਂ ਹੁੰਦਾ ਮੇਰਾ ਵੀਡੀਓ ਦੇ ਵਿੱਚ ਲੋਕਾਂ ਨੂੰ ਦੱਸਣਾ ਇਹ ਮਕਸਦ ਨਹੀਂ ਹੈਗਾ ਕਿ ਸੱਪ ਜ਼ਹਿਰੀਲਾ ਨਹੀਂ ਆ ਤੁਸੀਂ ਆਪ ਫੜੋ ਨਾ ਨਾ ਥੋੜ੍ਹੀ ਪਰਾਂ ਹੁੰਦਾ ਤੁਹਾਨੂੰ ਵੀ ਹੈ ਮੇਰਾ ਮਕਸਦ ਲੋਕਾਂ ਨੂੰ ਇਹ ਦੱਸਣਾ ਵਾ ਕਿ ਜਦੋਂ ਕਿਸੇ ਨੂੰ ਸੱਪ ਕੱਢਦਾ ਵਾ ਹੱਥ ਜੋੜ ਕੇ ਬੇਨਤੀ ਆ ਅਟੈਕ ਦੇ ਨਾਲ ਨਾ ਮਰਿਓ ਤੇ ਕਈ ਲੋਕ ਮੇਰੀਆਂ ਵੀਡੀਓ ਵੇਖ ਕੇ ਸੱਪ ਫੜ ਲੈਂਦੇ ਆ ਉਸ ਚੀਜ਼ ਦਾ ਮੈਂ ਜ਼ਿੰਮੇਵਾਰ ਨਹੀਂ ਹੈਗਾ ਉਹ ਆਪ ਜ਼ਿੰਮੇਵਾਰ ਅਸੀਂ ਪ੍ਰੋਫੈਸ਼ਨਲ ਵਾ ਸਾਨੂੰ ਕਈ ਸਾਲ ਹੋ ਗਿਆ ਸੱਪਾਂ ਦੀ ਲਾਈਨ 'ਚ ਪਿਆ ਨੂੰ ਅਸੀਂ ਡੇਲੀ ਸੱਪ ਫੜਦੇ ਹਾਂ ਪਰ ਸਾਡਾ ਕਿਸੇ ਵੀ ਵੀਡੀਓ ਦੇ ਵਿੱਚ ਵੀਡੀਓ ਦਿਖਾ ਕੇ ਇਹ ਮਤਲਬ ਨਹੀਂ ਹੈਗਾ ਕਿ ਤੁਹਾਡੇ ਘਰ 'ਚ ਸੱਪ ਨਿਕਲਿਆ ਵਾ ਤੁਸੀਂ ਆਪ ਫੜੋ ਸਾਡਾ ਸਿਰਫ ਮਕਸਦ ਇਹ ਆ ਕਿ ਇਹ ਸੱਪ ਜ਼ਹਿਰੀਲਾ ਨਹੀਂ ਆ ਤੇ ਆਪਣੀ ਜਾਨ ਨਾ ਗਵਾਇਓ ਅਸੀਂ ਇਹ ਚੀਜ਼ਾਂ ਦਾ ਪ੍ਰੈਕਟੀਕਲ ਜਿਹੜਾ ਵਾ ਉਹ ਕਰਦੇ ਹਾਂ ਇਹ ਦੇਖ ਇਹ ਹੁਣ ਸੱਪ ਮੈਨੂੰ ਕੱਟ ਰਿਹਾ ਵਾ ਇਹ ਦੇਖ ਕੱਟਦੇ ਉਹ ਸ਼ੰਕਰ ਬਾਬਾ ਉਹ ਬੋਲੇ ਬਾਬਾ ਆਓ ਜਿਸ ਤਰ੍ਹਾਂ ਕਿ ਸੱਪ ਮੈਨੂੰ ਇੱਕ ਵਾਰੀ ਕੱਟ ਚੁੱਕਿਆ ਇਹ ਦੇਖੋ ਆ ਦੋ ਵਾਰੀ ਦੋ ਵਾਰੀ ਕੱਟ ਚੁੱਕਿਆ ਤੇ ਹੁਣੇ ਮੈਨੂੰ ਸੱਪ ਤੀਜੀ ਵਾਰੀ ਕੱਟਣ ਦੀ ਬਿਲਕੁਲ ਤਿਆਰੀ 'ਚ ਆ ਤੇ ਇਹ ਦੇਖੋ ਕੱਟ ਦਈਏ ਤੇ ਮੈਂ ਬਿਲਕੁਲ ਇੱਕ ਸਾਫ਼ ਸੁਥਰਾ ਇੱਕ ਇਮਾਨਦਾਰੀ ਵਾਲੀ ਜ਼ਿੰਦਗੀ ਕੱਢਣ ਵਾਲਾ ਬੰਦਾ ਵਾਂ ਫੇਸਬੁੱਕ ਵਟਸਐਪ ਯੂਟਿਊਬ ਵਾਲੇ ਫਰੈਂਡਾਂ ਨੂੰ ਹੱਥ ਜੋੜ ਕੇ ਜੈ ਸ਼ੰਕਰ ਤੇ ਜੈ ਨਾਗ ਦੇਤਾ ਇੱਕ ਪੰਜਾਬ ਦੇ ਵਿੱਚ ਸੱਪ ਫੜਨ ਦੇ ਵਿੱਚ ਮੈਂ ਇਕੱਲਾ ਹੀ ਇਨਸਾਨ ਵਾਂ ਕਿ ਜਿਹੜੇ ਲੋਕਾਂ ਨੂੰ ਆਪਣੇ ਸਰੀਰ ਦੇ ਉੱਤੇ ਪ੍ਰੈਕਟੀਕਲ ਕਰਕੇ ਵਿਖਾਉਂਦਾ ਵਾਂ ਇਹ ਸੱਪ ਜ਼ਹਿਰੀਲਾ ਵਾ ਕਿ ਇਹ ਸੱਪ ਨਹੀਂ ਜ਼ਹਿਰੀਲਾ ਬਾਕੀ ਸਿਰਫ ਤੁਹਾਨੂੰ ਗੱਲਾਂ ਬਾਤਾਂ ਦੇ ਨਾਲ ਹੀ ਸਮਝਾਉਂਦੇ ਆ ਦੇਖੋ ਨੇੜੇ ਆ ਬਈ ਇਹ ਦੇਖੋ ਬਲੱਡ ਆ ਗਿਆ ਬਲੱਡ ਆ ਗਿਆ ਬਲੱਡ ਆ ਗਿਆ ਆ ਗਿਆ ਤੇ ਇਹ ਸੱਪ ਬਿਨਾਂ ਜ਼ਹਿਰ ਵਾਲਾ ਵਾ ਜਦੋਂ ਤੁਸੀਂ ਕਿਸੇ ਹਕੀਮ ਆ ਵੇਖੋ ਆ ਵੇਖੋ ਆਏ ਹੋਏ ਅੱਗੇ ਤੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਜੇ ਕਿ ਸੱਪ ਇਸ ਟਾਈਮ ਮੇਰੇ 4-5 ਦੰਦੀਆਂ ਕੱਟ ਚੁੱਕਿਆ ਵਾ ਤੇ ਜਿਹੜੇ ਵੀਰ ਸੱਪਾਂ ਦੀ ਸਹੀ ਜਾਣਕਾਰੀ ਮੰਨ ਲਓ ਤੁਸੀਂ ਇਹ ਸੱਪ ਦੇ ਉੱਤੇ ਕਿਸੇ ਜੋਗੀ ਹਕੀਮ ਵੈਦ ਕੋਲ ਚਲੇ ਜਾਂਦੇ ਜੇ ਉਹਨੇ ਤੁਹਾਡਾ ਕੀ ਟ੍ਰੀਟਮੈਂਟ ਕਰਨਾ ਤੁਹਾਡੇ ਚੀਰਾ ਦੇ ਕੇ ਇੱਕ ਦਵਾਈ ਲਾ ਦੇਣੀ ਆ ਪਰ ਮੈਂ ਸੱਪ ਲੜੇ ਦੇ ਕੀ ਟ੍ਰੀਟਮੈਂਟ ਕਰਨਾ ਵਾ ਠੰਡੇ ਪਾਣੀ ਨਾਲ ਹੱਥ ਧੋ ਕੇ ਸਿਰਫ ਇੱਕ ਡੈਟੋਲ ਲਾਉਣਾ ਵਾ ਕਿਉਂਕਿ ਇਹ ਸੱਪ ਦੇ ਵਿੱਚ ਜ਼ਹਿਰ ਹੀ ਨਹੀਂ ਹੈਗਾ ਇਹ ਸੱਪ ਦੇ ਵਿੱਚ ਇੱਕ ਰੱਤੀ ਭਰ ਵੀ ਜ਼ਹਿਰ ਜਿਹੜਾ ਵਾ ਨਹੀਂ ਆ ਤੇ ਹੱਥ ਬੰਨ ਕੇ ਬੇਨਤੀ ਆ ਕਿ ਜਦੋਂ ਕਿਸੇ ਨੂੰ ਸੱਪ ਕੱਟੇ ਮੇਰਾ ਇੱਕ ਯੂਟਿਊਬ ਦੇ ਚੈਨਲ ਆ NAAG ਨਾਗ ਕੇ ਤਬਾਈ ਸਪੇਸ ਬਿਲਕੁਲ ਨਹੀਂ ਦੇਣੀ ਮੇਰਾ ਨੰਬਰ ਹੈ 95-92-99-63-35 ਹੱਥ ਬੰਨ ਕੇ ਬੇਨਤੀ ਆ ਕਿ ਮੇਰਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਆਪਣੇ ਯਾਰਾਂ ਦੋਸਤਾਂ ਨੂੰ ਕਰਵਾਓ ਤਾਂ ਕਿ ਤੁਹਾਨੂੰ ਇਹ ਸੱਪਾਂ ਦੀ ਜਾਨਵਰਾਂ ਦੀ ਇਹ ਚੀਜ਼ਾਂ ਦੀ ਪੂਰੀ ਪ੍ਰੋਪਰ ਜਾਣਕਾਰੀ ਮਿਲਦੀ ਰਹੇ ਤੇ ਕੈਮਰਾਮੈਨ ਸਾਹਿਬ ਬਿਲਕੁਲ ਨਜ਼ਦੀਕ ਦੇ ਉੱਤੋਂ ਸੱਪ ਦੇ ਬਿਲਕੁਲ ਨਜ਼ਦੀਕ ਤੋਂ ਮਾਰਨਾ ਵਾ ਕਿਹੜੀਆਂ ਕੋਡੀਆਂ ਵਗੈਰਾ ਲੋਕਾਂ ਨੂੰ ਜਿਹੜੀਆਂ ਪਹਿਚਾਣ ਦੇ ਵਿੱਚ ਆ ਜਾਣ ਬਿਲਕੁਲ ਆ ਰਹੀਆਂ ਵਾ ਹਾਂਜੀ ਆ ਰਹੀਆਂ ਤੇ ਇਹ ਸੱਪ ਨੂੰ ਕੋਮਨ ਬੁਲਫ ਸਨੇਕ ਕਹਿੰਦੇ ਆ ਇਹਦੇ ਵਿੱਚ ਬਿਲਕੁਲ ਵੀ ਜ਼ਹਿਰ ਵਗੈਰਾ ਜ਼ੇਰਾ ਉਹ ਨਹੀਂ ਹੁੰਦਾ
ਜੇ ਤੁਸੀਂ ਸੱਪ ਕੱਟੇ ਤੇ ਮੰਨ ਲਓ ਇਹ ਸੱਪ ਕੱਟ ਗਿਆ ਤੁਸੀਂ ਕਿਸੇ ਹਕੀਮ ਕਿਸੇ ਵੈਦ ਜੋਗੀ ਕੋਲ ਚਲੇ ਜਾਂਦੇ ਜੇ ਉਹ ਤੈਨੂੰ ਸੱਪ ਬੜਾ ਜ਼ਹਿਰੀਲਾ ਲੜਿਆ ਡਰਾ ਕੇ 2,000-5,000 ਵੀ ਉਹਨੇ ਤੁਹਾਡੇ ਕੋਲ ਐਡ ਲੈਣਾ ਹਾਲਾਂਕਿ ਸੱਪ ਬਿਲਕੁਲ ਵੀ ਜ਼ਹਿਰ ਵਾਲਾ ਨਹੀਂ ਹੈਗਾ ਤੇ ਹੋਰ ਫਿਰ ਡੇਲੀ ਜ਼ਿੰਦਗੀ ਮੌਤ ਵਾਲੇ ਕੰਮ ਕਰੀਦੇ ਆ ਤੇ ਬਹੁਤ ਸਪੋਰਟ ਕਰਦੇ ਜੇ ਤੁਸੀਂ ਮੇਰੀ ਕੱਲ੍ਹ ਮੇਰੇ 5-6 ਸੱਪ ਸੀ ਸਾਰੀ ਦਿਹਾੜੀ 'ਚ ਅੱਜ ਸਵੇਰੇ ਅਜੇ 9 ਦਾ ਟਾਈਮ ਆ ਤੇ ਮੇਰਾ ਦੂਜਾ ਸੱਪ ਆ ਤੇ ਅਜੇ ਹੋਰ ਪਤਾ ਨਹੀਂ ਮੈਂ ਕਿੰਨੇ ਸੱਪ ਫੜਨੇ ਆ ਤੇ ਕਿੰਨੇ ਨਹੀਂ ਫੜਨੇ ਤੇ ਇਹ ਦੇਖੋ ਬਲੇਡ ਵਗੈਰਾ ਨਿਕਲ ਗਿਆ ਤੇ ਜਿਹੜੇ ਫੇਸਬੁੱਕ ਵਟਸਐਪ 'ਤੇ ਕਮੈਂਟ ਕਰ ਦਿੰਦੇ ਆ ਲੈ ਇਹਦੀ ਇੰਟਰਵਿਊ ਦੀ ਕੀ ਲੋੜ ਆ ਲੋਕੀ ਤਾਂ ਬੇਵਕੂਫ ਆ ਰਹੀਆਂ ਇੰਟਰਵਿਊ ਵਹਿੰਦੇ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਵੀਰ ਜੀ ਕਹਿਣਾ ਬਹੁਤ ਸੌਖਾ ਤੇ ਕਰਨਾ ਬਹੁਤ ਔਖਾ ਜਾਂ ਰਾਹ ਪਿਆ ਜਾਂਦੇ ਤੇ ਜਾਂ ਫਿਰ ਵਾਹ ਪਿਆ ਜਾਂਦੇ ਠੀਕ ਆ ਕਮੈਂਟਾਂ ਦੇ ਵਿੱਚ ਅਸੀਂ ਲਿਖ ਹੀ ਦੇਣਾ ਪਾਗਲ ਬੇਵਕੂਫ ਮੈਂਟਲ ਉਹ ਕਿਹੜੀ ਗੱਲ ਆ ਪਰ ਜਦੋਂ ਕੰਮ ਕਰੀਦਾ ਵਾ ਨਾ ਉਦੋਂ ਪਤਾ ਲੱਗਦਾ ਵਾ ਅਸੀਂ ਜ਼ਿੰਦਗੀ 'ਚ ਕਦੀ ਕਿਸੇ ਨੂੰ ਗਾਲ ਨਹੀਂ ਕੱਢਦੇ ਕਿਸੇ ਨੂੰ ਗਲਤ ਬੋਲ ਕੇ ਜਵਾਬ ਨਹੀਂ ਦਿੰਦੇ ਸਾਨੂੰ ਕੋਈ ਮਾੜਾ ਬੋਲਦਾ ਕੁਛ ਵੀ ਬੋਲਦਾ ਅਸੀਂ ਆਪਣੀ ਵੀਡੀਓ ਦੇ ਵਿੱਚ ਆਪਣੇ ਕੰਮ ਥਰੂ ਜਵਾਬ ਦਿੰਦੇ ਹਾਂ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ ਬੜੀ ਮਿਹਨਤ ਹੁੰਦੀ ਹੈ ਇਹ ਚੀਜ਼ਾਂ ਨੂੰ ਫੜਨ ਲੱਗਿਆਂ ਕੱਲ੍ਹ ਮੇਰਾ ਇੱਕ ਮਿੱਤਰ ਵਾ ਯੂਪੀ ਦਾ ਉਹਨੇ 2 ਸੱਪ ਰੱਖੜੀ ਵਾਲੇ ਦਿਨ ਫੜੇ ਅਤੇ ਉਹਨਾਂ ਕੋਲ ਰੱਖੜੀ ਲੱਗਾ ਸੀ ਬਣਾਉਣ ਅਤੇ ਉਹ ਵੀਰੇ ਨੇ ਰੱਖੜੀ ਬਣਾਉਂਦਿਆਂ ਸੱਪ ਆਪਣੇ ਪੈਰ ਦੇ ਅੰਗੂਠੇ 'ਤੇ ਕੱਟ ਲਿਆ ਉਹ ਵੀਰ ਦੀ ਡੈਥ ਹੋ ਗਈ ਅਤੇ ਹੱਥ ਬੰਨ ਕੇ ਬੇਨਤੀ ਆ ਕਿ ਜਿੰਨੇ ਵੀ ਵੀਰ ਸੱਪ ਫੜਦੇ ਆ ਧਿਆਨ ਨਾਲ ਫੜਿਆ ਕਰੋ ਗਲਵਜ਼ ਵਗੈਰਾ ਪਾ ਕੇ ਫੜਿਆ ਕਰੋ ਕਈ ਬੰਦਿਆਂ ਨੂੰ ਪ੍ਰੋਪਰ ਸੱਪਾਂ ਦੀ ਜਾਣਕਾਰੀ ਆ ਪਰ ਮੈਂ ਇਹ ਨਹੀਂ ਆਉਂਦਾ ਕਿ ਮੈਂ ਸੱਪ ਇੱਦਾਂ ਫੜਦਾ ਦੰਦੀ ਵਢਾਉਣਾ ਅਤੇ ਤੁਸੀਂ ਵੀ ਦੰਦੀ ਵਢਵਾਓ ਤੁਸੀਂ ਵੀ ਇੱਦਾਂ ਸੱਪ ਫੜੋ ਬਿਲਕੁਲ ਨਹੀਂ ਕੋਈ ਵੀ ਸੱਪ ਕਿਸੇ ਦੇ ਘਰ ਨਿਕਲਦਾ ਵਾ ਕੋਈ ਟ੍ਰੇਨ ਬੰਦੇ ਨੂੰ ਸੱਦੋ ਆਮ ਬੰਦੇ ਨੇ ਸੱਪ ਫੜਨ ਦੀ ਬਿਲਕੁਲ ਕੋਸ਼ਿਸ਼ ਜਿਹੜੀ ਆ ਮੇਰੀਆਂ ਵੀਡੀਓ ਵੇਖ ਕੇ ਨਹੀਂ ਕਰਨੀ ਅਤੇ ਹੱਥ ਬੰਨ ਕੇ ਬੇਨਤੀ ਆ ਕਿ ਵੀਡੀਓ ਵੱਧ ਤੋਂ ਵੱਧ ਵਾਇਰਲ ਕਰੋ ਕਿਉਂਕਿ ਇਹ ਸੱਪ ਦੀ ਜਿਹੜੀ ਆ ਪਹਿਚਾਣ ਆ ਜੇ ਭਾਅ ਜੀ ਬਿਲਕੁਲ ਨਜ਼ਦੀਕ ਤੋਂ ਮਾਰ ਦਿਓ ਕੁਛ ਨਹੀਂ ਕਹਿੰਦਾ ਇਹਦਾ ਮੂੰਹ ਵਗੈਰਾ ਦੇਖ ਲਓ ਸਾਰਾ ਕੁਛ ਦੇਖ ਲਓ ਚੱਕ ਤਾਂ ਮੇਰਾ ਨੰਬਰ ਆ 95-92-99-63-35 ਯੂਟਿਊਬ 'ਤੇ ਮੇਰਾ ਇੱਕ ਚੈਨਲ ਆ NGG Nag K 22 ਸਪੇਸ ਬਿਲਕੁਲ ਨਹੀਂ ਦੇਣੀ ਜੈ ਸ਼ੰਕਰ ਜੈ ਨਾਗ ਦੇਵਤਾ ਉਮੀਦ ਕਰਦਾ ਕਿ ਮੈਂ ਆਪਣਾ ਫਰਜ਼ ਨਿਭਾਇਆ ਤੁਸੀਂ ਵੀਡੀਓ ਸੈਂਡ ਕਰਕੇ ਆਪਣਾ ਫਰਜ਼ ਨਿਭਾਓਗੇ ਜੇ ਕਿਸੇ ਨੂੰ ਕੋਬਰਾ ਜਾਂ ਕੋਮਨ ਕਰਿਆ ਸੱਪ ਕੱਟਦਾ ਵਾ ਉਸ ਚੀਜ਼ ਦਾ ਜੋਗੀ ਹਕੀਮ ਵੈਦ ਇਲਾਜ ਨਹੀਂ ਕਰ ਸਕਦੇ ਇੱਥੋਂ ਤੱਕ ਮੈਂ ਵੀ ਆਪਣਾ ਇਲਾਜ ਨਹੀਂ ਕਰ ਸਕਦਾ ਜੇ ਮੈਂ ਸੱਪਾਂ ਦੀਆਂ ਦੰਦੀਆਂ ਖਾ ਲੈਂਦਾ ਵਾਂ ਸੱਪ ਫੜਦੇ ਸਾਰੀ ਉਹਦਾ ਨਾਮ ਉਹਦਾ ਬਲੱਡ ਉਹਦਾ ਮਤਲਬ ਪੂਰਾ ਡਾਟਾ ਦੱਸ ਦਿੰਦਾ ਵਾਂ ਅਤੇ ਫਿਰ ਯਕੀਨ ਇਹ ਗੱਲ ਦਾ ਮੰਨੋ ਕਿ ਜਿਹੜਾ ਕੋਮਲ ਕਰੈਲ ਸੱਪ ਆ ਬਿਸਤਰੇ 'ਤੇ ਚੜ੍ਹ ਕੇ ਰਾਤ ਦੇ ਟਾਈਮ ਲੜਦਾ ਵਾ ਕਿਸੇ ਨੂੰ ਹੀ ਸੱਪ ਲੜਦਾ ਵਾ ਜ਼ਿਲ੍ਹੇ ਦੇ ਸਰਕਾਰੀ ਹੋਸਪਿਟਲ ਜਾਣਾ ਜੇ ਕਿਸੇ ਦੀ ਭਾਰ ਝੱਲਦੀ ਆ ਜੇਬ ਤਾਂ ਉਹ ਪ੍ਰਾਈਵੇਟ ਹੋਸਪਿਟਲ ਆਪਣਾ ਟ੍ਰੀਟਮੈਂਟ ਕਰਵਾ ਸਕਦਾ ਵਾ ਪਰ ਜੇ ਤੁਸੀਂ ਕਹੋ ਵੀ ਮਣਕਾ ਲਗਾ ਕੇ ਜਾਂ ਜੋਗੀ ਤੋਂ ਰੱਬ ਰੱਬ ਕਰਕੇ ਤਾਂ ਤੁਸੀਂ ਆਪਣੀ ਮੌਤ ਨੂੰ ਮਾਸੀ ਕਹੋਗੇ ਮੈਂ ਖੁਦ ਇੱਕ ਜੋਗੀ ਹਾਂ ਮੇਰੇ ਕੋਲ ਮੰਦਿਰਾਂ ਨਾਗ ਦਾ ਮੰਨ ਲਓ ਆ ਸੱਪ ਮੈਨੂੰ ਕੱਟ ਗਿਆ ਜ਼ਹਿਰੀਲਾ ਜ਼ਹਿਰ ਉਹਨੇ ਮੇਰੇ ਅੰਦਰ ਸੁੱਟਤਾ ਮੈਂ ਫਾਂਡੇ ਵਾਲੇ ਕੋਲ ਚਲੇ ਗਿਆ ਫਾਂਡੇ ਵਾਲੇ ਨੇ ਫਾਂਡਾ ਕਰਤਾ ਠੀਕ ਆ ਜੀ ਘਰ ਜਾਓ ਮੈਂ ਪੁੱਛਣਾ ਚਾਹੁੰਦਾ ਕਿ ਫਾਂਡੇ ਦੇ ਨਾਲੋਂ ਸੱਪ ਦਾ ਜ਼ਹਿਰ ਬਾਹਰ ਆਜੂਗਾ ਫਾਂਡੇ ਦੇ ਨਾਲੋਂ ਸੱਪ ਦਾ ਜ਼ਹਿਰ ਰੁਕ ਜੂਗਾ ਕੀ ਹੋਊਗਾ ਉਸ ਚੀਜ਼ ਦਾ ਕੀ ਹੱਲ ਆ ਮੈਂ ਤੁਹਾਨੂੰ ਉਹ ਦੱਸਦਾ ਜੇ ਤਾਂ ਸੱਪ ਕੱਟਿਆ ਤਾਂ ਤੁਸੀਂ ਫਾਂਡੇ ਵਾਲੇ ਕੋਲ ਫਾਂਡਾ ਕਰਵਾ ਲਓ ਤੁਹਾਡਾ ਬਚਣਾ ਤੈਅ ਵਾ ਕਿਉਂਕਿ ਸੱਪ 'ਚ ਜ਼ਹਿਰ ਨਹੀਂ ਹੈਗਾ ਅਤੇ ਜੇ ਕੋਈ ਤੁਹਾਨੂੰ ਜ਼ਹਿਰੀਲਾ ਸੱਪ ਕੱਟਿਆ ਤਾਂ ਉਸ ਚੀਜ਼ 'ਤੇ ਫਾਂਡਾ ਨਹੀਂ ਉਹ ਸੱਪ ਦੇ ਜ਼ਹਿਰ ਦੇ ਟੀਕੇ ਹੀ ਕੰਮ ਆਉਣੇ ਅਤੇ ਹੱਥ ਬੰਨ ਕੇ ਬੇਨਤੀ ਆ ਕਿ ਆਪਣਾ ਸਹੀ ਇਲਾਜ ਕਰਾਇਆ ਕਰੋ ਆਹ ਭੂਤ ਕੱਢਣ ਵਾਲੇ ਬਾਬੇ ਕੈਮੀਕਲਾਂ ਵਾਲੇ ਬਾਬੇ ਇਹ ਠੱਗੀਆਂ ਟੋਲੀਆਂ ਵਾਲੇ ਬਾਬੇ ਵਸ਼ੀਕਰਨ ਵਾਲੇ ਬਾਬੇ ਇਹੋ ਜਿਹੇ ਬਾਬਿਆਂ ਤੋਂ ਜ਼ਰੂਰ ਬਚਿਆ ਕਰੋ ਆਹ ਮੈਂ ਬਾਬਿਆਂ ਨੂੰ ਕੱਲ੍ਹ 6 ਆਹ ਭੂਤ ਕੱਢਣ ਵਾਲੇ ਬਾਬਿਆਂ ਨੂੰ ਕੱਲ੍ਹ 6 ਸੱਪਾਂ ਦੇ ਦਰਸ਼ਨ ਕਰਾਏ ਅਤੇ ਮੈਨੂੰ ਇੱਕ ਵੀ ਭੂਤ ਦੇ ਦਰਸ਼ਨ ਨਹੀਂ ਕਰਾਉਂਦੇ ਹੈਗੇ ਅਤੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਡਰਾ ਕੇ ਭੂਤ ਕੱਢਣ ਦੇ ਨਾਂ 'ਤੇ ਠੱਗੀਆਂ ਟੋਲੀਆਂ ਮਾਰਨੀਆਂ ਬੰਦ ਕਰ ਦਿਉ ਜੇ ਕੋਈ ਔਲਾਦ ਚਿੱਟੇ ਵਾਲੀ ਨਿਕਲ ਗਈ ਨਾ ਤਾਂ ਘਰ ਦੇ ਭਾਂਡੇ ਤੱਕ ਨਹੀਂ ਰਹਿਣੇ ਹੈਗੇ ਅਤੇ ਮਾੜੇ ਕੰਮ ਦੀ ਜਿਹੜੀ ਕਮਾਈ ਆ ਹਮੇਸ਼ਾ ਮਾੜੇ ਕੰਮ ਦੇ ਵਿੱਚ ਹੀ ਜਾਂਦੀ ਆ ਅਤੇ ਹੱਥ ਬੰਨ ਕੇ ਬੇਨਤੀ ਆ ਭੂਤ ਕੱਢਣ ਵਾਲਿਆਂ ਬਾਬਿਆਂ ਨੂੰ ਕਿ ਸੁਧਰ ਜਾਓ ਅਤੇ ਉਸ ਤੋਂ ਵੀ ਜ਼ਿਆਦਾ ਬੇਨਤੀ ਆ ਲੋਕਾਂ ਨੂੰ ਜਿਸ ਇਨਸਾਨ ਨੂੰ ਬਾਬੇ ਨਾਨਕ ਦੇ ਘਰੋਂ ਕੁਛ ਨਹੀਂ ਮਿਲਿਆ ਜਿਸ ਇਨਸਾਨ ਨੂੰ ਸ਼ੰਕਰ ਬਾਬਾ ਜੀ ਦੇ ਘਰੋਂ ਕੁਛ ਨਹੀਂ ਮਿਲਿਆ ਜਿਸ ਇਨਸਾਨ ਨੂੰ ਅੱਲਾ ਦੇ ਘਰੋਂ ਕੁਛ ਨਹੀਂ ਮਿਲਿਆ ਜਿਸ ਇਨਸਾਨ ਨੂੰ ਗੋਡ ਦੇ ਘਰੋਂ ਨਹੀਂ ਮਿਲਿਆ ਅਤੇ ਅੱਜ ਕੱਲ੍ਹ ਦੇ ਦੁੱਖੀ ਤਿੱਕੀ ਜਿਹੜੇ ਭੂਤ ਕੱਢਣ ਵਾਲੇ ਬਾਬੇ ਆ ਇਹ ਕੀ ਦੇ ਸਕਦੇ ਆ ਅਤੇ ਭੂਤ ਕੱਢਣ ਵਾਲੇ ਬਾਬੇ ਵਸ਼ੀ ਕਰਨ ਵਾਲੇ ਬਾਬੇ ਜਿੰਨੇ ਵੀ ਇਹ ਬਾਬੇ ਆ ਇਹ ਕਾਲਾ ਇਲਮ ਜਿਹੜੇ ਕਰਦੇ ਆ ਇਹ ਸੁਧਰ ਜਾਓ ਕਿਉਂਕਿ ਜੇ ਔਲਾਦ ਗੰਦੀ ਨਿਕਲ ਗਈ ਨਾ ਤਾਂ ਇੰਨਾ ਦੁੱਖ ਮਿਲਣਾ ਜ਼ਿੰਦਗੀ ਦੇ ਵਿੱਚ ਵੀ ਸੋਚ ਨਹੀਂ ਸਕਦੇ ਸਵਰਗ ਨਰਕ ਉੱਤੇ ਨਹੀਂ ਆ ਉਹ ਸਭ ਕੁਝ ਥੱਲੇ ਹੀ ਆ ਜਿੱਦਾਂ ਦਾ ਕੱਟੋਗੇ ਤਾਂ ਹੱਥ ਬੰਨ ਕੇ ਬੇਨਤੀ ਆ ਕਿ ਵੀਡੀਓ ਲਾਈਕ ਸ਼ੇਅਰ ਅਤੇ ਸੈਂਡ ਕਰਿਓ ਅੱਜ 25 ਤਰੀਕ 8ਵਾਂ ਮਹੀਨਾ 2021 ਮੇਰਾ ਯੂਟਿਊਬ 'ਤੇ ਇੱਕ ਚੈਨਲ ਜੇ ਨਾਗ ਕੇਤ 22 ਜੈ ਸ਼ੰਕਰ ਜੈ ਨਾਗ ਦੇਵਤਾ ਕੱਟ ਮਿੱਤਰਾ।